ਕੀ ਫਰਕ ਕੀ ਨੇ ਮੰਡੀਆਂ 'ਚੋਂ ਔਰ ਇੱਥੇ ਕਿਉਂ ਪਸੰਦ ਕਰਦੇ ਕਿਸਾਨ? ਇੱਥੇ ਹੁਣ ਚਲੋ ਟਾਈਮ ਟੂਮ ਦੀ ਥੋੜ੍ਹੀ ਜਿਹੀ ਬੱਤ ਜਾਂਦੀ ਆ, ਕੁਛ ਮਟਰ ਹੁਣ ਤਾਂ ਨਿਕਲਿਆ ਦੀ ਕਣਕ ਟਰਾਲੀ 'ਚ ਲੈ ਕੇ ਆਏ ਹਾਂ ਅਤੇ ਉਹਦੇ ਨਾਲ 500-700 ਜ਼ਿਆਦਾ ਤੇਲ ਬਚ ਗਿਆ ਜਿਵੇਂ ਮੋਗੇ ਲੈ ਕੇ ਆਉਂਦੇ, ਫਿਰ ਉੱਥੇ ਸਾਰੀ ਦਿਹਾੜੀ ਬੈਠੇ ਰਹਿਣਾ ਸੀ ਮੰਡੀ 'ਚ, ਅਤੇ ਉਹ ਵੀ ਚਲੋ ਕੁਛ ਫਰਕ ਪੈਦਾ ਹੋ ਹੀ ਜਾਂਦਾ। ਹੋਰ ਕੋਈ ਆ ਚੁੱਕਣ ਚੁੱਕਣ ਵਾਲੇ ਪਸ਼ੂਆਂ ਦਾ ਦੂਜਾ ਤੀਜਾ ਜਾਣੀ ਛਾਣੇ ਵਗੈਰਾ ਦਾ ਕਿੱਦਾਂ ਹੁੰਦਾ ਜੀ? ਹਾਂਜੀ, ਜਿਹੜਾ ਛਾਣ ਨਾਲ ਆਉਂਦੇ ਕਣਕ ਸਾਫ਼ ਕਰਦੇ ਉਹਦਾ ਕਿੱਦਾਂ? ਇਹ ਤੁਹਾਨੂੰ ਇਹਨਾਂ ਨੂੰ ਹਿਸਾਬ ਕਿਤਾਬ ਆ ਜੀ, ਬਸ ਸਾਡੇ ਤਾਂ ਸੂਆ ਜਾਂ ਖਵਾਉਂਦੇ ਟਰਾਲੀ 'ਚ, ਕਦੇ ਜੇ ਤਾਂ ਸਹੀ ਹੁੰਦੀ ਤਾਂ ਕਹਿੰਦੇ ਆ ਪਾਸ ਆ, ਅਤੇ ਨਹੀਂ ਹੁੰਦਾ ਕਹਿੰਦੇ ਆ ਜੀ ਇੱਥੇ ਆਪਦੀ ਮਰਜ਼ੀ ਨਾਲ ਆਉਂਦੇ ਹੋ ਆੜਤੀ ਪਰਚੀ ਦਿੱਤਾ ਤੁਹਾਨੂੰ? ਹਾਂਜੀ, ਆੜਤੀ ਥਰੂ ਆਉਣੀ ਜੀ। ਅਤੇ ਫਿਰ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਆ ਵੀ ਤੁਸੀਂ ਮੰਡੀ 'ਚ ਵੇਚਣੀ ਆ ਜਾਂ ਇੱਥੇ ਆਉਣਾ? ਹਾਂ, ਮਰਜ਼ੀ ਤਾਂ ਸਾਡੀ ਹੈ। ਤਾਂ ਮੰਡੀ ਦੇ ਇੱਥੋਂ ਦਾ ਕਿੰਨਾ ਕੁ ਫਰਕ ਲੱਗਦਾ ਜੀ ਤੁਹਾਨੂੰ? ਇੱਥੇ ਆ ਵੀ ਹੁਣ ਤਾਂ ਜਾਣੀ ਅੱਜ ਸਟਾਰਟ ਹੋਈ, ਅੱਜ ਹੀ ਹੋਈ ਆ, ਅੱਜ ਸਾਨੂੰ ਟਾਈਮ ਘੱਟ ਲੱਗਿਆ, ਚਲੋ ਮਤਲਬ ਵੀ 3-4 ਘੰਟਿਆਂ 'ਚ ਮੁੜ ਗਏ। ਹੁਣ ਕੱਲ੍ਹ ਤੋਂ ਲਾਈਨਾਂ ਲੱਗ ਜਾਣਗੀਆਂ, ਫਿਰ ਉਦੋਂ ਮਤਲਬ ਕਈ ਵਾਰੀ ਆ ਜਦੋਂ ਮੁੜ ਜਾਂਦੀ ਹੈ ਟਰਾਲੀ, ਹੁਣ ਕਣਕ ਡੈਮੇਜ ਆ ਕੁਛ ਬਰੀਕ ਬਰੂਕ ਆ, ਅਤੇ ਉਹਦੇ ਕਰਕੇ ਫਿਰ ਜਦੋਂ ਮੋੜ ਦਿੰਦੇ 12-13 ਘੰਟੇ ਲਾਈਨ 'ਚ ਖੜ ਕੇ, ਫਿਰ ਉਦੋਂ ਦੁੱਖ ਵੀ ਹੁੰਦਾ। ਇੱਥੇ ਪਸੰਦ ਕਿਉਂ ਕਰਦੇ ਕਿਸਾਨ ਆਉਣਾ ਜ਼ਿਆਦਾ? ਬਸ ਪਸੰਦ ਤਾਂ ਆਹੀ ਆ ਵੀ ਚਲ ਛੇਤੀ ਸਿੱਧੀ ਟਰਾਲੀ ਲੈ ਜਾਂਦੀ ਆ ਮੰਡੀ 'ਚੋਂ, ਪਹਿਲਾਂ ਤਾਂ ਬੋਰੀ ਮਗਰ ਜਦੋਂ ਉਹਨੂੰ ਇੱਕ ਬੋਰੀ ਤੋਲਦੇ ਆ ਅਤੇ ਘੱਟ ਤੋਂ ਘੱਟ ਵੀ 50 ਗ੍ਰਾਮ ਕਣਕ ਦਾ ਵੱਧ ਤੁਲਦੀ ਤੁਲਦੀ ਆ, ਉਹਨਾਂ ਕਿਸੇ ਨਹੀਂ ਸਾਡਾ, ਚਲੋ ਫਾਇਦਾ ਹੋ ਜਾਂਦਾ ਕੁੱਲ ਮਿਲਾ ਕੇ ਮੰਡੀ ਨਾਲੋਂ, ਇੱਥੇ ਫਾਇਦਾ ਹੀ ਹੈ। ਹਾਂ, ਇੱਥੇ ਫਾਇਦਾ ਹੈ ਜੇ ਮਤਲਬ ਸਹੀ ਹੋਵੇ। ਠੀਕ ਹੈ ਅੰਗਰੇਜ਼ ਜੀ, ਤੁਸੀਂ ਇੱਥੇ ਫਸਲ ਲੈ ਕੇ ਆਏ ਹੋ, ਸਾਈਲੋ ਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਜੀ? ਸਾਨੂੰ ਉਹ ਫਾਇਦਾ ਹੁੰਦਾ ਜੀ, ਇੱਥੇ ਇਕੱਠੀ ਤੁਲ ਜਾਂਦੀ ਆ, ਅਤੇ ਕਿੱਥੇ ਬੋਰੀਆਂ 'ਚ ਥੋੜ੍ਹੀ ਥੋੜ੍ਹੀ ਕਰਕੇ ਤੋਲਣੀ ਪੈਂਦੀ ਆ, ਨਾ ਇੱਥੇ ਖਿੱਲਰਦੀ ਆ, ਉੱਥੇ ਜਦੋਂ ਹੁਣ ਛਾਣ ਨਾ ਲੱਗਦਾ ਸਾਰੀ ਕਣਕ ਖਿੱਲਰਦੀ ਆ, ਅਤੇ ਇੱਥੇ ਇਕੱਠੀ ਤੁਲਣਾ ਸਾਨੂੰ ਉਹ ਫਾਇਦਾ ਹੋ ਜਾਂਦਾ, ਅਤੇ ਮਤਲਬ ਟਰਾਲੀ ਮਗਰ 1,000 ਰੁਪਈਏ ਦਾ ਫਰਕ ਪੈਂਦਾ ਇਕੱਠੀ ਤੁਲਣਾ, ਉੱਥੇ ਸਾਡੀ ਘੱਟ ਜਾਂਦੀ ਆ। 1,000 ਰੁਪਇਆ ਕਿਵੇਂ ਫਰਕ ਪੈਂਦਾ ਜੀ ਅਗਰ ਮੰਡੀ 'ਚ ਹੋਵੇ ਤਾਂ? ਇੱਥੋਂ ਮੰਡੀ 'ਚ ਥੋੜ੍ਹੀ ਥੋੜ੍ਹੀ ਕਰਕੇ 200-200 ਗ੍ਰਾਮ ਵੱਧ ਤੁਲੀ ਜਾਣੀ ਆ, ਇੱਥੇ ਕਿੱਥੇ ਇੱਕ ਇਕੱਠਾ ਟਰਾਲਾ 'ਚ ਤੁਲ ਜਾਣਾ, ਕਿੱਥੇ 100 ਕੁਇੰਟਲ ਤੁਲ ਗਈ, ਕਿੱਥੇ ਅਸੀਂ ਮਤਲਬ 50-50 ਕਿਲੋ ਕਰਕੇ ਤੋਲਣੀ ਆ, ਇੱਥੇ ਸਾਨੂੰ ਮੌਜ ਹੀ ਆ, ਤਾਂ ਹੀ ਕਿਸਾਨ ਆ ਰਹੇ ਆ ਜੀ। ਕਿੰਨਾ ਕੁ ਟਾਈਮ ਲੱਗਦਾ ਇੱਥੇ? ਇੱਥੇ ਤਾਂ ਅਜੇ ਤਾਂ ਲੈਣ ਅੱਗੇ ਲੱਗੀਆਂ, ਫਿਰ ਤਾਂ ਅੱਧੀ ਅੱਧੀ ਦਿਹਾੜੀ ਵੀ ਲੱਗ ਜਾਂਦੀ, ਦਿਹਾੜੀ ਜੇ ਨਹੀਂ ਤਾਂ ਫਿਰ ਤਾਂ 2 ਘੰਟਿਆਂ 'ਚ ਹੀ ਮੁੜ ਜਾਈਦਾ। ਅਤੇ ਪੇਮੈਂਟ ਦੀ ਜੇ ਗੱਲ ਕੀਤੀ ਜਾਵੇ, ਪੇਮੈਂਟ ਤਾਂ ਇੱਥੇ ਸਹੀ ਹੁੰਦੀ ਆ, ਪੇਮੈਂਟ ਦੀ ਕੋਈ ਦਿੱਕਤ ਨਹੀਂ ਹੁੰਦੀ, ਉਹ ਅੱਕਾ ਹੋਰ ਕਾਹੇ ਦੀ ਦਿੱਕਤ ਨਹੀਂ, ਜਦੋਂ ਇੱਥੇ ਕੋਈ ਟਰਾਲੀ ਰਿਜੈਕਟ ਹੁੰਦੀ ਆ ਉਦੋਂ ਥੋੜ੍ਹਾ ਜਿਹਾ ਕਿਸਾਨ ਨੂੰ ਦੁੱਖ ਹੁੰਦਾ ਵੀ ਮਤਲਬ ਅਸੀਂ ਇੰਨੇ ਚਿਕਰ ਖੜ੍ਹੇ ਰਹੇ ਹਾਂ ਅਤੇ ਟਰਾਲੀ, ਹੋਰ ਕੋਈ ਦਿੱਕਤ ਨਹੀਂ ਉਹ ਹੁੰਦੀ ਆ, ਮਤਲਬ ਐਤਕੀ ਕਣਕਾਂ ਬਹੁਤ ਜ਼ਿਆਦਾ ਕੁਦਰਤੀ ਬਰੀਕ ਆ, ਹੁਣ 3-4 ਟਰਾਲੀਆਂ ਪਹਿਲਾਂ ਮੁੜ ਚੁੱਕੀਆਂ ਬਰੀਕ ਦੀਆਂ, ਅਤੇ ਹੋਰ ਮੋਕਚਰ ਸਹੀ ਆ ਰਿਹਾ, ਮੋਕਚਰ ਤਾਂ ਐਤਕੀ 8-9 ਆ ਰਿਹਾ, ਇਹਨਾਂ ਨੇ ਲੈਣਾ 12 ਹੁੰਦਾ ਜੀ। ਝਾੜ ਜੀ ਬਹੁਤ ਘੱਟ ਆ ਜੀ, 40-45 ਮਣ ਆ ਜੀ, ਕੀ ਕਰਨ ਗਰਮੀ ਪੈ ਗਈ ਜੀ, ਗਰਮੀ ਆਪਣੀ ਫਸਲ ਆਪੇ ਲੈ ਕੇ ਆੜਤੀ ਦੇ ਥਰੂ ਲੈ ਕੇ ਆਉਂਦੇ? ਨਹੀਂ, ਸਾਨੂੰ ਆੜਤੀਆਂ ਪਰਚੀਆਂ ਕੱਟ ਕੇ ਦਿੰਦਾ ਜੀ, ਆੜਤੀ ਦੇ ਥਰੂ ਲੈ ਕੇ ਜਾਂਦੇ ਮਰਜ਼ੀ ਨਾਲ ਇੱਥੇ ਆਉਂਦੇ ਹੋ? ਹਾਂਜੀ ਹਾਂਜੀ, ਅਸੀਂ ਸਾਰੇ ਕਿਸਾਨ ਆਪਦੀ ਮਰਜ਼ੀ ਨਾਲ ਆਉਂਦੇ, ਇੱਥੇ ਫਾਇਦਾ ਹੀ ਆ, ਘਾਟਾ ਕੋਈ ਗੱਲ ਵਾਲਾ ਨਹੀਂ, ਘਾਟਾ ਤਾਂ ਉਹਨੂੰ ਆ ਜਿਹਦੇ ਕਿਤੇ ਕੁਦਰਤੀ ਟਰਾਲੀ ਮਰ ਗਈ ਆ, ਉਹ ਸੋਚਦਾ ਦੂਜੇ ਨੂੰ ਤਾਂ ਕੋਈ ਘਾਟਾ ਨਹੀਂ, ਕਿੱਥੇ ਇਕੱਠੀ ਤੋਲ ਲੈਣੀ, ਕਿੱਥੇ ਥੋੜ੍ਹੀ ਥੋੜ੍ਹੀ ਕਰਕੇ ਤੋਲਣੀ ਜੀ। ਫਾਇਦਾ ਤਾਂ ਦੇਖੋ ਜੀ, ਇੱਕ ਤਾਂ ਸਮੇਂ ਦੀ ਬੱਚਤ ਹੋ ਜਾਂਦੀ ਹੈ ਜੀ, ਅਤੇ ਬਾਕੀ ਇੱਕ ਮੰਡੀ 'ਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ, ਕਈ ਵਾਰ ਬਾਰਦਾਨਾ ਨਹੀਂ ਹੁੰਦਾ ਗਾ, 2-3 ਦਿਨ ਲੱਗ ਜਾਣ ਲੱਗ ਜਾਂਦੇ ਆ, ਲੰਬੇ ਸਮੇਂ ਦਾ ਪ੍ਰੋਸੀਜਰ ਚੱਲ ਜਾਂਦਾ, ਟਾਈਮ ਚੱਲ ਜਾਂਦਾ। ਅਸੀਂ 9 ਵਜੇ ਤੋਂ ਆਏ, ਤਕਰੀਬਨ 1-1.25 ਵਜੇ ਕੰਮ ਸਮਾਪਤ ਹੋ ਗਿਆ, ਫ੍ਰੀ ਹੋ ਜੂਗਾ ਜੀ। ਅੱਜ ਜੇ ਤੁਹਾਡਾ ਹਿਸਾਬ ਪਹਿਲਾਂ ਦੇਣਾ ਗਾ, ਪਹਿਲਾਂ ਦਿਨ ਕਿੰਨੀਆਂ ਟਰਾਲੀਆਂ ਆ ਗਈਆਂ ਹੋਣਗੀਆਂ? ਮੇਰੇ ਹਿਸਾਬ ਨਾਲ 65-70 ਟਰਾਲੀਆਂ ਆ ਚੁੱਕੀਆਂ ਜੀ। 65 ਟਰਾਲੀਆਂ, ਹਾਂ। ਹੋਰ ਕੀ ਕੀ ਫਾਇਦਾ ਹੁੰਦਾ? ਹੋਰ ਫਾਇਦਾ ਤਾਂ ਵੀ ਕੋਈ, ਹੋਰ ਫਾਇਦਾ ਤਾਂ ਕੋਈ ਜ਼ਿਆਦਾਤਰ ਹੈ ਨਹੀਂ ਗਾ ਜੀ, ਬਸ ਇੰਨਾ ਸਮੇਂ ਦੀ ਬੱਚਤ ਜ਼ਰੂਰ ਹੁੰਦੀ ਹੈ ਜੀ। ਪੈਸੇ ਦੀ ਬੱਚਤ ਵਿੱਚ ਕੋਈ ਨਹੀਂ ਗੀ ਹੁੰਦੀ ਜੀ, ਜਿਵੇਂ ਤੁਹਾਨੂੰ ਕੋਈ ਲੇਬਰ ਉਹ ਮਤਲਬ ਉਹ ਦੋਨੇ ਚੀਜ਼ਾਂ ਜੀ ਬਚ ਜਾਂਦੀਆਂ ਵਾ, ਉਹਨਾਂ ਕੇ 7 ਰੁਪਏ ਗੱਟੇ ਦਾ ਫਾਇਦਾ ਹੋ ਜਾਂਦਾ ਜੀ। ਮਤਲਬ ਕਿ ਉਹਦਾ ਜਿਹੜੇ ਹਿਸਾਬ ਨਾਲ ਕਪੈਸਿਟੀ ਆ, ਜਿਵੇਂ ਲੋਡਿੰਗ ਜਿੰਨੀ ਕੁ ਹੁੰਦਾ ਵੇਟ ਦੇ ਹਿਸਾਬ ਨਾਲ, ਉਹਨਾਂ ਕੋਲ 1 ਕੱਟੇ ਦੇ ਮਗਰ 50 ਕਿਲੋ ਵੇਟ ਮਗਰ 7 ਰੁਪਏ ਦਾ ਫਾਇਦਾ ਹੋ ਜਾਂਦਾ। ਕਿੰਨਾ ਟਾਈਮ ਲੱਗਦਾ ਜੀ ਫਾਰਮਰ ਨੂੰ ਇੱਥੇ ਜੀ ਕਣਕ ਲਿਆਉਣ ਦੇ ਔਰ ਜਦੋਂ ਇੱਕ ਵਾਰੀ ਸਾਡੇ ਪਲਾਂਟ ਦੇ ਅੰਦਰ ਐਂਟਰ ਕਰ ਜਾਂਦੇ ਜੀ, ਉਸ ਤੋਂ ਬਾਅਦ ਉਹਨੂੰ 1-1.5 ਘੰਟੇ ਦੇ ਵਿੱਚ ਜਾਂ ਮੈਕਸੀਮਮ 2 ਘੰਟਿਆਂ ਦੇ ਵਿੱਚ ਉਹ ਫ੍ਰੀ ਹੋ ਕੇ ਚਲਾ ਜਾਂਦਾ। ਅਮਨ ਜੀ, ਕੋਈ ਹੋਰ ਵੀ ਫਾਇਦਾ ਹੁੰਦਾ ਕਿਸਾਨ ਨੂੰ ਇੱਥੇ ਕਣਕ ਲੈ ਕੇ ਆਉਣ ਦਾ, ਜਿਸ ਤਰ੍ਹਾਂ ਮੰਡੀ ਦੇ ਵਿੱਚ ਕਾਫੀ ਇੰਤਜ਼ਾਰ ਕਰਨਾ ਪੈਂਦਾ ਜਾਂ ਪੱਖਾ ਵੀ ਲੱਗਦਾ ਜਾਂ ਲੇਬਰ ਵੀ ਪੈਂਦੀ, ਇੱਥੇ ਵੀ ਹੈ ਕੁਛ? ਇੱਥੇ ਉਹਨੂੰ ਕੋਈ ਐਕਸਟਰਾ ਖਰਚਾ ਜਾਂ ਕੋਈ ਲੇਬਰ ਉਹ ਇੱਥੇ ਨਹੀਂ ਪੈਂਦੀ, ਜਿਸ ਤਰ੍ਹਾਂ ਉਹਦੀ ਟਰਾਲੀ ਆਉਂਦੀ ਹੈ ਉਹ ਪੂਰੀ ਦੀ ਪੂਰੀ ਅਸੀਂ ਸੈਂਪਲਿੰਗ ਕਰਕੇ ਉਹਦੀ ਟੈਸਟਿੰਗ ਕਰਕੇ ਅਤੇ ਫਿਰ ਉਹਨੂੰ ਅਸੀਂ ਅਨਲੋਡ ਕਰ ਲੈਂਦੇ ਹਾਂ। ਅਤੇ ਮੰਡੀਆਂ ਦੇ ਵਿੱਚ ਇੱਕ ਤਾਂ ਟਾਈਮ ਦੀ ਕਾਫੀ ਉੱਥੇ ਜਿਹੜਾ ਲੱਗਦਾ ਉਹ ਇੱਥੇ ਸੇਵਿੰਗ ਹੋ ਜਾਂਦੀ ਹੈ, ਬਾਕੀ ਮੰਡੀਆਂ ਦੇ ਵਿੱਚ ਜਿਹੜੀ ਉਤਰਾਈ ਦਾ ਖਰਚਾ ਜਾਂ ਉਹਦਾ ਪੱਖਾ ਪੁੱਖਾ ਲਗਾਉਣ ਦਾ ਸਫਾਈ ਦਾ ਖਰਚਾ ਹੁੰਦਾ
ਉਹ ਫਾਰਮਰ ਦਾ ਇੱਥੇ ਸੇਵ ਹੋ ਜਾਂਦਾ। ਜਦੋਂ ਮੰਡੀ ਦੇ ਵਿੱਚ ਆੜਤੀਆਂ ਦਾ ਕਮਿਸ਼ਨ ਵਗੈਰਾ ਹੁੰਦਾ ਜੀ, ਇਹਦੇ 'ਚ ਵੀ ਕੁਛ ਹੁੰਦਾ, ਇੱਥੇ ਵੀ ਕੁਛ ਹੁੰਦਾ? ਹਾਂਜੀ, ਉਹ ਸੇਮ ਹੀ ਸਿਸਟਮ ਹੈ, ਕਮਿਸ਼ਨ ਦਾ ਸਿਸਟਮ ਸੇਮ ਹੀ ਹੈ ਜਿਵੇਂ ਮੰਡੀਆਂ 'ਚ ਹੈ, ਉਸ ਤਰ੍ਹਾਂ ਹੀ ਇੱਥੇ ਹੈ, ਕਿਉਂਕਿ ਮੰਡੀਆਂ ਦੇ ਵਿੱਚ ਵੀ ਸਰਕਾਰੀ ਖਰੀਦ ਹੁੰਦੀ ਹੈ ਅਤੇ ਇੱਥੇ ਵੀ ਸਰਕਾਰੀ ਖਰੀਦ। ਸਰ, ਇਸ ਵਾਰ ਕਿੰਨੀ ਕਪੈਸਿਟੀ ਹੈਗੀ ਹੈ ਆਪਣੇ ਕੋਲ? ਆਪਣੇ ਕੋਲ 85,000 ਟਨ ਦੀ ਹੈ, ਪਲੱਸ ਥੋੜ੍ਹੀ ਜਿਹੀ ਹੋਰ ਰੇਕਸ ਵਗੈਰਾ ਵੀ ਨਿਕਲ ਰਹੀਆਂ, 90,000 ਤੋਂ ਉੱਪਰ ਦੀ ਸਪੇਅਰ ਸਾਡੇ ਕੋਲ ਬਣ ਜਾਏਗੀ। ਆਮਦ ਹੋਣ ਦੀ ਕਿੰਨੀ ਸੰਭਾਵਨਾ ਜੀ, ਕਿੰਨੀ ਕੁ ਕਣਕ ਇਸ ਵਾਰ ਤੁਹਾਡੇ ਕੋਲ ਆ ਸਕਦੀ ਹੈ? ਇਸ ਵਾਰ ਜਿੰਨੀ ਸਾਡੀ ਕਪੈਸਿਟੀ ਹੈ ਜੀ ਫੁੱਲ ਹੋ ਜਾਏਗਾ, ਅਤੇ ਅਗਲੇ ਆਈ ਥਿੰਕ 15-20 ਦਿਨਾਂ ਦੇ ਵਿੱਚ ਕਾਫੀ ਕਣਕ ਸਾਡੇ ਕੋਲ ਆ ਜਾਏਗੀ। ਜੇ ਰੇਟ ਦੀ ਗੱਲ ਕਰੀਏ ਜੀ, ਤੇ ਰੇਟ ਦਾ ਕੀ ਰੱਖਿਆ ਗਿਆ ਸਰਕਾਰ ਵੱਲੋਂ? ਰੇਟ ਸਰਕਾਰ ਵੱਲੋਂ ਜੀ 2,015 ਰੁਪਏ ਜੋ ਪਰ ਕੁਇੰਟਲ ਹੈਗਾ, ਉਹੀ ਸੇਮ ਰੇਟ। ਸਰ, ਮੰਡੀ ਦੇ ਕੰਪੈਰੇਟਿਵ ਗੱਲ ਕੀਤੀ ਜਾਵੇ ਤਾਂ ਅਗਰ ਅਡਾਨੀ ਦੇ ਵਿੱਚ ਸਾਈਲੋ ਦੇ ਵਿੱਚ ਕਣਕ ਦਿੰਦੇ ਆ ਤਾਂ ਕਿਸਾਨ ਨੂੰ ਕਿੰਨਾ ਕੁ ਫਾਇਦਾ ਹੁੰਦਾ ਜੀ ਐਕਸਟਰਾ? ਸਰ ਦੇਖੋ, ਇੱਕ ਟਾਈਮ ਦਾ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਫਾਇਦਾ ਹੁੰਦਾ, ਬਾਕੀ ਜਿਹੜਾ ਉਹਦੇ ਉਤਰਾਈ ਦਾ ਅਤੇ ਸਫਾਈ ਦਾ ਜਿਹੜਾ ਖਰਚਾ ਉਹ ਇੱਥੇ ਸੇਵਿੰਗ ਹੋ ਜਾਂਦੀ ਹੈ ਫਾਰਮਰ ਦੀ। ਜਿਸ ਤਰ੍ਹਾਂ ਸਰਕਾਰ ਨੇ ਪੇਮੈਂਟ ਦੀ ਗੱਲ ਕੀਤੀ ਹੈਗੀ ਜੀ, ਤੁਹਾਡੇ ਇੱਥੇ ਦੀ ਕੀ ਪੇਮੈਂਟ ਦੀ ਕਿਸਾਨਾਂ ਨੂੰ ਕੀ? ਪੇਮੈਂਟ ਸੇਮ ਹੀ ਸਿਸਟਮ ਹੈ ਜੀ, 48 ਘੰਟਿਆਂ ਦੇ ਅੰਦਰ ਅੰਦਰ ਪੇਮੈਂਟ ਜਿਵੇਂ ਮੰਡੀਆਂ 'ਚ ਹੁੰਦੀ ਹੈ ਉਵੇਂ ਹੀ ਇੱਥੇ ਵੀ ਪੇਮੈਂਟ ਹੋ ਜਾਂਦੀ। ਅਮਨ ਜੀ, ਕਿਸਾਨ ਤੁਹਾਡੇ ਕੋਲ ਸਿੱਧਾ ਹੀ ਟਰਾਲੀ ਲੈ ਕੇ ਆਉਂਦਾ ਜਾਂ ਆੜਤੀਏ ਦੇ ਥਰੂ ਪਰਚੀ ਲੈ ਕੇ ਆਉਂਦਾ? ਆੜਤੀਏ ਦੇ ਥਰੂ ਆਉਂਦੇ।